ਇਹਡ ਐਂਟਰਸ ਟੈਸਟ ਪੰਜਾਬ ਜਿਹੜਾ 200 ਕਾਲਜੇਜ਼ ਵਿੱਚ ਐਡਮਿਸ਼ਨ ਲੈਣਾ ਚਾਹੁੰਦੇ ਨੇ ਵਿਦਿਆਰਥੀ ਉਹਨਾਂ ਦਾ ਸਿਲੇਬਸ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ 2024 ਦਾ ਸਿਲੇਬਸ ਜੋ ਹੈ ਉਹ ਕੀ ਹੋਏਗਾ ਇੱਕ ਦੋ ਗੱਲਾਂ ਜ਼ਰੂਰੀ ਇਹ 150 ਟੋਟਲ ਕੁਐਸਚਨ ਹੋਣਗੇ 2.5 ਘੰਟੇ ਚ ਕਰਨੇ ਆ ਨੈਗੇਟਿਵ ਮਾਰਕਿੰਗ ਕੋਈ ਨਹੀਂ ਹੈ ਔਰ ਇਹ ਪੰਜ ਪਾਰਟਸ ਵਿੱਚ ਡਿਵਾਈਡ ਕੀਤਾ ਗਿਆ ਹੈ ਇਹ ਪੰਜ ਪਾਰਟਸ ਵਿੱਚ ਫਰਸਟ ਪਾਰਟ ਹੈ ਜਨਰਲ ਅਵੇਅਰਨੈਸ ਟੈਸਟ 30 ਮਾਰਕਸ ਨੇ ਸਾਰੇ ਹੀ 30 30 ਦੇ ਜਿਹੜੇ ਨੇ ਸੈੱਟ ਨੇ ਪਾਰਟਸ ਨੇ ਸੋ ਫਰਸਟ ਹੈ ਐਜੂਕੇਸ਼ਨ ਦੈਨ ਇਹਨਾਂ ਵਿੱਚੋਂ ਸਵਾਲ ਪੁੱਛੇ ਜਾਣਗੇ ਐਜੂਕੇਸ਼ਨ ਹੈ ਸਾਇੰਸ ਹੈ ਨਾਰਮਲੀ ਐਜੂਕੇਸ਼ਨ ਚੋਂ ਜ਼ਿਆਦਾ ਕੁਐਸਚਨ ਪੁੱਛੇ ਜਾਂਦੇ ਨੇ ਸਾਇੰਸ ਹੈ ਸੋਸ਼ਲ ਸਾਇੰਸ ਹੈ ਲੈਂਗੁਏਜ ਲਿਟਰੇਚਰ ਹੈ ਆਰਟ ਐਂਡ ਕਲਚਰ ਹੈ ਸਪੋਰਟਸ ਐਂਡ ਗੇਮ ਹੈ ਕਰੰਟ ਇਵੈਂਟਸ ਹੈ ਪੋਲਿਟੀਕਲ ਸੋਸ਼ਲ ਇਕਨੋਮਿਕਸ ਹੈ ਅ ਦੇਖੋ ਜਿਹੜੇ ਕਰੰਟ ਅਫੇਅਰਸ ਨੇ ਨਾਰਮਲੀ ਉਹ ਜਿਹੜਾ ਅਗਸਤ ਦੇ 4 ਅਗਸਤ ਨੂੰ ਤੁਹਾਡਾ ਪੇਪਰ ਹੈ ਉਸ ਤੋਂ ਪਹਿਲਾਂ ਜੁਲਾਈ ਦੀਆਂ ਕਰੰਟ ਅਫੇਅਰਸ ਹਾਂ ਕਿਤੇ ਜੂਨ ਦੀਆਂ ਵੀ ਹੋ ਸਕਦੀਆਂ 댓 ਇਜ਼ ਵਾਈ ਮੈਂ 220 ਵਾਲੇ ਕੋਰਸ ਵਿੱਚ ਹਜੇ ਕਰੰਟ ਅਫੇਅਰ ਪਾਣੀਆਂ ਹਨ ਸਾਈਡ ਬਾਈ ਸਾਈਡ ਅਪਡੇਟ ਕਰਦਾ ਜਾਵਾਂਗਾ ਸੋ ਹੂ ਇਜ਼ ਹੂ ਹੈ ਕਰੰਟ ਅਫੇਅਰ ਹੈ ਪੋਲਿਟੀਕਲ ਸੋਸ਼ਲ ਇਕਨੋਮਿਕ ਸਾਰੇ ਐਸਪੈਕਟ ਨੂੰ ਕਵਰ ਕਰਦੇ ਹਨ ਗਵਰਨਮੈਂਟ ਪਾਲਿਸੀ ਔਨ ਐਜੂਕੇਸ਼ਨ ਪਿਛਲੀਆਂ ਗਵਰਨਮੈਂਟ ਪਾਲਿਸੀ ਤੇ 2020 ਚ ਇੱਕ ਸਵਾਲ ਅਲੱਗ ਤੋਂ ਪੁੱਛਿਆ ਹੀ ਜਾਂਦਾ ਹੈ ਹੂ ਇਜ਼ ਹੂ ਇਹ ਵੀ ਨਾਰਮਲੀ ਕਰੰਟ ਅਫੇਅਰ ਦਾ ਹੀ ਇੱਕ ਤਰ੍ਹਾਂ 파ਰਟ ਬਣ ਜਾਂਦਾ ਹੈ 파ਰਟ ਵੀ ਹੈ ਟੀਚਿੰਗ ਪੋਟੈਂਸ਼ੀਅਲ ਜਿਹਦੇ ਵਿੱਚ ਤੁਹਾਨੂੰ ਫੰਡਾਮੈਂਟਲ ਟੀਚਿੰਗ ਦੇ ਜਿਹੜੇ ਬੇਸ ਨੇ ਪ੍ਰਿੰਸੀਪਲ ਨੇ ਮੈਕਸਿਮਸ ਨੇ ਜਿਸ ਜਿਹੜੀਆਂ ਥਿਉਰੀਜ਼ ਨੇ ਟੀਚਿੰਗ ਤੇ ਲਰਨਿੰਗ ਦੀਆਂ ਜੇ ਉਹ ਪਤਾ ਨਹੀਂ ਤਾਂ ਤੁਸੀਂ ਸਵਾਲਾਂ ਦਾ ਹੱਲ ਕਰ ਪਾਓਗੇ ਸੋਸੀ ਜਿਹੜਾ ਆਨਲਾਈਨ ਕੋਰਸ ਚੱਲ ਰਿਹਾ ਹੈ ਉਹਦੇ ਵਿੱਚ ਇਹ ਚੀਜ਼ਾਂ ਡਿਸਕਸ ਕਰ ਰਹੇ ਹਾਂ ਨੈਕਸਟ ਹੈ ਇਸ ਇਸ ਦਾ ਪਾਰਟ ਕੀ ਹੈ ਨੋਲਜ ਆਫ ਟੀਚਿੰਗ ਲਰਨਿੰਗ ਪ੍ਰੋਸੈਸ ਇਸ ਨੂੰ ਡਿਟੇਲ ਚ ਡਿਸਕਸ ਕੀਤਾ ਜਾਂਦਾ ਹੈ ਦੂਸਰਾ ਹੈ ਐਜੂਕੇਸ਼ਨ ਸਿਸਟਮ ਇਨਕਲੂਡਿੰਗ ਨਾਨ ਫਾਰਮਲ ਐਜੂਕੇਸ਼ਨ ਫਾਰਮਲ ਨਾਨ ਫਾਰਮਲ ਔਰ ਇਨਫਾਰਮਲ ਐਜੂਕੇਸ਼ਨ ਵਿੱਚ ਫਰਕ ਜਾਂ ਇਸ ਤੇ ਡੈਫੀਨੇਸ਼ਨ ਜਾਂ ਅ ਇਸ ਦੇ ਕੋਈ ਇੰਡੀਕੇਟਰ ਪੁੱਛੇ ਜਾਂਦੇ ਨੇ ਕਿ ਕਿਹੜਾ ਕਿਹਦੇ ਨਾਲ ਸੰਬੰਧ ਰੱਖਦਾ ਹੈ ਡਿਸਟੈਂਸ এডਿਕੇਸ਼ਨ ਹੈ ਇਸ ਦੇ ਡਿਫਰੈਂਟ ਮੋਡਸ ਨੇ ਹਿਸਟਰੀ ਹੈ ਇੰਸਟੀਟਿਊਸ਼ਨਸ ਨੇ ਇੰਡੀਆ ਵਿੱਚ ਇਹ ਪੁੱਛੀਆਂ ਜਾਂਦੀਆਂ ਨੇ ਆਡੀਓ ਵਿਜ਼ੂਅਲ ਐਡ ਹੈ ਆਡੀਓ ਐਡਸ ਵਿਜ਼ੂਅਲ ਐਡਸ ਔਰ ਮਾਸ ਮੀਡੀਆ ਮੀਡੀਆ ਡਿਫਰੈਂਟ ਕਲਾਸੀਫਿਕੇਸ਼ਨ ਨੇ ਜਿਹੜੀ ਆਨਲਾਈਨ ਕੋਰਸ ਚੱਲ ਰਿਹਾ ਹੈ ਉਹਦੇ ਵਿੱਚ ਕਲਾਸੀਫਿਕੇਸ਼ਨ ਸਾਰੀਆਂ ਬ੍ਰੀਫ ਵਿੱਚ ਡਿਸਕਸ ਕੀਤੀਆਂ ਜਾਣਗੀਆਂ ਬ੍ਰੀਫ ਵਿੱਚ ਇਸ ਲਈ ਕਿ ਜਿਸ ਤਰ੍ਹਾਂ ਕੁਐਸਚਨ ਪੁੱਛੇ ਜਾਂਦੇ ਨੇ ਉਸ ਸੰਦਰਭ ਵਿੱਚ ਹੀ ਡਿਸਕਸ ਕੀਤਾ ਆਏਗਾ ਫਿਰ ਹੈ ਵੈਲਿਊਜ਼ ਇਨ ਕਨਸਟੀਟਿਊਸ਼ਨ ਆਫ ਇੰਡੀਆ ਪ੍ਰੀਅੰਬਲ ਔਰ ਇਹਦੇ ਵਿੱਚ ਫੰਡਾਮੈਂਟਲ ਰਾਈਟਸ ਡਿਊਟੀਆਂ ਇਹ ਵੀ ਨਾਲ-ਨਾਲ ਟੀਚ ਕਰਾਂਗੇ ਜਨਰਲ ਅਵੇਅਰਨੈਸ ਆਫ ਨੈਸ਼ਨਲ ਲੈਵਲ এডੂਕੇਸ਼ਨਲ ਏਜੰਸੀਜ਼ ਐਂਡ ਆਰਗੇਨਾਈਜੇਸ਼ਨ ਆਫ ਸੋਸ਼ਲ ਪੋਲੀਟੀਕਲ ਇਕਨੋਮਿਕ ਐਂਡ ਕਲਚਰਲ ਅਜੈਂਡਾਸ ਨੈਸ਼ਨਲ ਲੈਵਲ ਦੀਆਂ ਏਜੰਸੀਜ਼ ਜਿਹੜੀਆਂ ਨੇ ਫੋਰ ਐਗਜ਼ਾਮਪਲ UGC ਹੈ NCERT ਹੈ NCTE ਹੈ ਜੋ ਜਿਹੜੇ ਨਾਲ ਹੋਰ ਪ੍ਰੋਗਰਾਮ ਚੱਲਦੇ ਨੇ ਜਿਹੜੇ ਸੋਸ਼ਲ ਪੋਲਿਟੀਕਲ ਇਕਨੋਮਿਕ ਕਲਚਰਲ ਅਜੈਂਡਾ ਨੂੰ ਲੈ ਕੇ ਚੱਲਦੇ ਨੇ ਫਾਰ ਇਗਜ਼ਾਮਪਲ ਮਿਡਡੇ ਮੀਲ ਹੈ ਸਰਵ ਸਿੱਖਿਆ ਅਭਿਆਨ ਹੈ ਸਮਗ੍ਰ ਸਿੱਖਿਆ ਅਭਿਆਨ ਹੈ ਸੋ ਇਸ ਤਰ੍ਹਾਂ ਦੇ ਸਾਰੇ ਜਿਹੜੇ ਨੇ ਜਿਹੜੇ ਟਾਪਿਕ ਨੇ ਇਹਨਾਂ 'ਚ ਡੀਪ ਕੁਐਸਚਨ ਨਹੀਂ ਪੁੱਛੀ ਜਾਂਦੀ ਲੇਕਿਨ ਲਾਰਜ ਨੰਬਰ ਆਫ ਏਜੰਸੀਜ਼ ਦੇ ਪ੍ਰੋਗਰਾਮਸ ਹੈ ਜਿਹੜੇ ਇੱਥੇ ਡਿਸਕਸ ਕਰਨੇ ਬਣਦੇ ਹਨ ਉਸਾਰ ਹੀ ਬਰੀਫ ਵਿੱਚ ਆਪਾਂ ਪ੍ਰੋਗਰਾਮ ਵਿੱਚ ਆਪਣੇ ਕੋਰਸ ਵਿੱਚ ਡਿਸਕਸ करा एप्टीट्यूड फॉर टीचिंग प्रोफैशन है टीचर्स परसनल करैक्ट्रिस्टिक्स है एडजस्टमेंट क्लासरूम प्रॉब्लम ऑफ लर्नर एंड देर सॉल्यूशंस ये ईजी है जेकर इसे बेस समझ ले जान आपा बेस समझा एडजस्टमेंट प्रॉब्लम्स ऑफ ह्यूमन रिलेशन एंड कैंडीडेट्स कॉलेज एंड एडमिनिस्ट्रेन ਐਗਜ਼ਾਮੀਨੇਸ਼ਨ ਈਵੈਲੂਏਸ਼ਨ ਅਸੈਸਮੈਂਟ ਦੇ ਚ ਕੁਐਸਚਨ ਪੁੱਛੇ ਜਾਂਦੇ ਨੇ ਲਾਇਬ੍ਰੇਰੀ ਯੂਸੇਜ ਚੋਂ ਇੱਕ ਜਾਂ ਦੋ ਕੁਐਸਚਨ ਪੁੱਛੇ ਜਾਂਦੇ ਨੇ ਸਕੂਲ ਐਂਡ ਸੋਸਾਇਟੀ ਚੋਂ ਇੱਕ ਅੱਧਾ ਕੁਐਸਚਨ ਪੁੱਛਿਆ ਜਾਂਦਾ ਹੈ ਜਨਰਲ 멘ਟਲ ਐਬਿਲਿਟੀ ਹੈ ਇੱਥੇ ਸਾਡੇ ਕੋਲ ਹੈ ਨੰਬਰ ਸੀਰੀਜ਼ ਚੋਂ ਤਿੰਨ ਕੁਐਸਚਨ ਕਲਾਸੀਫਿਕੇਸ਼ਨ ਚੋਂ ਦੋ ਜਾਂ ਤਿੰਨ ਕੁਐਸਚਨ ਐਨਲੋਜੀ ਤੋਂ ਦੋ ਤਿੰਨ ਕੁਐਸਚਨ ਸਿਨੋਨਿਮਸ ਆਪੋਜ਼ਿਟਸ ਇਹ ਇਹਦੇ ਚੋਂ ਦੋ ਤਿੰਨ ਕੁਐਸਚਨ ਪੁੱਛ ਲਏ ਜਾਂਦੇ ਨੇ ਕੋਡਿੰਗ ਡੀਕੋਡਿੰਗ ਸੀਇੰਗ ਰਿਲੇਸ਼ਨਸ਼ਿਪ ਬਲੱਡ ਰਿਲੇਸ਼ਨ ਵੀ ਆ ਜਾਂਦੇ ਐਲੱਗ ਤੋਂ ਵੀ ਨੇ ਡਿਡਕਟਿਵ ਸਿਲੋਜੀਜ਼ਮ ਦੇ ਦੋ ਕੁਐਸਚਨ ਨਾਰਮਲੀ ਪੁੱਛਲੇ ਜਾਂਦੇ ਨੇ ਡਾਟਾ ਇੰਟਰਪ੍ਰੀਟੇਸ਼ਨ ਹੈ ਫਿਗਰ ਇੰਟਰਪ੍ਰੀਟੇਸ਼ਨ ਹੈ ਇਸ ਚੋ 3-4 ਸਵਾਲ ਆ ਜਾਂਦੇ ਨੇ ਇਵੈਲੂਏਸ਼ਨ ਐਂਡ ਇਨਫਰੈਂਸਸ ਹੈ ਆ ਇਹ ਇਸ ਤੋਂ ਬਾਅਦ ਇੰਗਲਿਸ਼ ਪ੍ਰੋਫੀਸ਼ੈਂਸੀ ਦੇ 30 ਮਾਰਕਸ ਹਨ ਗ੍ਰਾਮਰ ਹੈ Idioms ਹੈ ਵੋਕੈਬਲਰੀ ਕਰੈਕਸ਼ਨ ਐਂਡ ਪੰਕਚੁਏਸ਼ਨ ਹੈ ਰਿਟਿੰਗ ਰਿਟਰਨ ਕੰਪਰੀਹੈਂਸ਼ਨ ਕੰਪਰੀਹੈਂਸ਼ਨ ਦੇ ਲਗਭਗ 6 7 ਸਵਾਲ 5 6 7 ਸਵਾਲ ਹੁੰਦੇ ਨੇ ਬਾਕੀ ਸਾਰੇ ਗ੍ਰਾਮਰ ਚੋ ਕਵਰ ਕੀਤੇ ਜਾਂਦੇ ਨੇ ਪੰਜਾਬੀ ਜਾਂ ਹਿੰਦੀ ਲੈਂਗੁਏਜ ਪ੍ਰੋਫੀਸ਼ੈਂਸੀ ਸੇਮ ਹੈ ਗ੍ਰਾਮਰ Idioms ਵੋਕੈਬਲਰੀ ਕਰੈਕਸ਼ਨਸ ਐਂਡ ਪੰਕਚੁਏਸ਼ਨ ਰਿਟਨ ਕੰਪਰੀਹੈਂਸ਼ਨ ਹੋ ਜਾਂਦਾ ਹੈ ਸੋ ਇਸ ਤੋਂ ਇਲਾਵਾ ਅਗਲੇ ਵੀਡੀਓ ਚ ਦੱਸ ਦਾਂਗੇ ਕਿ ਐਗਜ਼ਾਮ ਰਿਲੇਟਡ ਇਨਸਟਰਕਸ਼ਨ ਕਿਹੜੀਆਂ ਨੇ ਜਿਹੜਾ